ਉਹ ਯਾਰ ਹਜੇ 10-12 ਘਰਾਂ 'ਚ ਅਖਬਾਰ ਮੰਨਣੇ ਆ, ਵੰਡੇ ਆਉਣ ਦੇ, ਦੁਪਹਿਰਾਂ ਅੱਗੇ ਚੜਿਆ ਪਿਆ, ਲੇਟ ਬਹੁਤ ਆ ਮੈਂ। ਆਪਾਂ ਉੱਥੇ ਇੱਕ ਮਿੰਟ ਗੱਲ ਸੁਣ ਕੇ ਜਾਈ ਬਾਪੂ, ਕੱਲ੍ਹ ਤੋਂ ਟਾਈਮ ਨਾਲ ਅਖਬਾਰ ਸੁੱਟ ਕੇ ਜਾਇਆ ਕਰੂੰਗਾ, ਅੱਜ ਨਾ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਜੀ ਤਾਂ ਲੇਟ ਹੋ ਗਿਆ। ਔਰ ਨਹੀਂ ਪੁੱਤ, ਮੈਂ ਤੇਰੇ ਨਾਲ ਅਖਬਾਰ ਦੀ ਗੱਲ ਨਹੀਂ ਕਰਨੀ ਸੀ, ਮੈਂ ਤਾਂ ਤੇਰੇ ਨਾਲ ਕੋਈ ਹੋਰ ਗੱਲ ਕਰਨੀ ਸੀ ਬਾਪੂ। ਫਿਰ ਫੋਨ ਤੇ ਦੱਸ ਦੀ, ਨੰਬਰ ਤਾਂ ਮੇਰਾ ਹੈਗਾ ਹੀ ਆ ਤੁਹਾਡੇ ਕੋਲੇ। ਉਹ ਪੁੱਤ, ਮੈਂ ਤਾਂ ਤੈਨੂੰ ਇਹ ਆਖਣਾ ਸੀ, ਆ ਅਖਬਾਰ ਨਾ ਤੂੰ ਥੱਲੇ ਨਾ ਸੁੱਟ ਕੇ ਜਾਇਆ ਕਰ, ਤੂੰ ਜਦੋਂ ਵੀ ਅਖਬਾਰ ਸਿੱਟਣ ਆਉਣਾ ਨਾ ਆ ਬਾਹਰ ਦੀ ਘੰਟੀ ਮਾਰ ਦਿਆ ਕਰ, ਮੈਂ ਇੱਥੇ ਆ ਜਾ ਕਰੂੰਗਾ ਤਾਂ ਅਖਬਾਰ ਤੂੰ ਮੈਨੂੰ ਹੀ ਫੜਾ ਜਾ ਕਰ। ਬਾਪੂ, ਅਖਬਾਰ ਤਾਂ ਮੈਂ ਤੁਹਾਨੂੰ ਫੜਾ ਜਾ ਕਰਾਂ, ਪਰ ਇਸ ਚੱਕਰ ਵਿੱਚ ਨਾ ਮੇਰਾ ਟਾਈਮ ਬਹੁਤ ਖਰਾਬ ਹੋ ਜਾਊਗਾ, ਨਾਲੇ ਤੁਹਾਡਾ ਵੀ। ਇਸੇ ਕਰਕੇ ਮੈਂ ਸਾਰਿਆਂ ਦੇ ਘਰ ਹੀ ਸੁੱਟ ਜਾਂਦਾ ਵਾਂ, ਅਗਲਾ ਆਪੇ ਹੀ ਚੱਕ ਲੈਂਦਾ। ਪੁੱਤ, ਮੈਨੂੰ ਪਤਾ ਤੇਰਾ ਟਾਈਮ ਖਰਾਬ ਹੁੰਦਾ, ਪਰ ਜੇ ਤੂੰ ਬੈਲ ਮਾਰ ਕੇ ਅਖਬਾਰ ਮੈਨੂੰ ਫੜਾਏਗਾ ਨਾ, ਮੈਂ ਤੈਨੂੰ 500 ਰੁਪਇਆ ਵੱਧ ਦੇ ਦਿਆ ਕਰੂੰਗਾ। 500 ਰੁਪਇਆ ਅਖਬਾਰ ਫੜਾ ਕੇ ਜਾਣ ਦਾ? ਬਾਪੂ, ਮੈਂ ਸਮਝਿਆ ਨੀ ਕੁਛ। ਪੁੱਤ, ਤੇਰੇ ਅਰਗਾ ਸੀ ਮੇਰਾ ਮੁੰਡਾ, ਪਲੱਸ ਟੂ ਦੀ ਪੜ੍ਹਾਈ ਕਰਨ ਤੋਂ ਬਾਅਦ ਕਹਿੰਦਾ ਬਾਪੂ ਮੈਂ ਬਾਹਰ ਜਾਣਾ। ਮੈਂ ਸੋਚਿਆ ਇਕੱਲਾ ਇਕੱਲਾ ਪੁੱਤ ਆ ਮੇਰਾ, ਇਹਦੇ ਕੋਈ ਚਾਅ ਅਧੂਰੇ ਨਹੀਂ ਰਹਿਣੇ ਚਾਹੀਦੇ, ਕਿਉਂਕਿ ਪਾਲਿਆ ਹੀ ਮੈਂ ਬਹੁਤ ਚਾਵਾਂ ਨਾਲ ਸੀ ਉਹਨੂੰ। ਪੈਸਿਆਂ ਦਾ ਖੱਬਾ ਸੱਜਾ ਕਰਕੇ ਮੈਂ ਉਹਨੂੰ ਬਾਹਰ ਭੇਜਤਾ, ਬਾਹਰ ਜਾ ਕੇ ਉਹਨੇ ਵਿਆਹ ਕਰਾ ਲਿਆ, ਬੱਚੇ ਹੋ ਗਏ, ਫਿਰ ਉਹ ਕਦੇ ਵਾਪਸ ਹੀ ਨਹੀਂ ਆਇਆ। ਬਾਪੂ, ਹੋਰ ਹੈ ਨਹੀਂ ਤੁਹਾਡੇ ਘਰੇ ਕੋਈ? ਨਹੀਂ ਪੁੱਤ, ਮੈਂ ਤਾਂ ਇੱਥੇ ਇਕੱਲਾ ਹੀ ਰਹਿੰਦਾ, ਮੇਰੇ ਘਰ ਵਾਲੀ ਨੂੰ ਗਈ ਨੂੰ ਤਾਂ ਪੂਰੇ 3 ਸਾਲ ਹੋ ਗਏ, ਹੁਣ ਮੇਰੀ ਵੀ ਸਿਹਤ ਜੀ ਡਾਊਨ ਹੀ ਰਹਿੰਦੀ ਆ। ਤੇ ਬਾਪੂ, ਤੁਸੀਂ ਆਪਦੇ ਮੁੰਡੇ ਨੂੰ ਫੋਨ ਕਰਕੇ ਇੱਥੇ ਕਿਉਂ ਨਹੀਂ ਸੱਦ ਲੈਂਦੇ? ਪੁੱਤ, ਕਰਦਾ ਹੁੰਦਾ ਮੈਂ ਫੋਨ ਉਹਨੂੰ, ਉਹ ਬਿਜ਼ੀ ਬਹੁਤ ਆ, ਮਹੀਨੇ ਚ ਇੱਕ ਅੱਧੀ ਵਾਰੀ ਗੱਲ ਹੋ ਜਾਂਦੀ ਆ, ਚੱਕਦਾ ਹੀ ਨਹੀਂ ਫੋਨ। ਉਹਨੂੰ ਛੱਡ ਤੂੰ ਪੁੱਤ, ਤੂੰ ਨਾ ਬੈਲ ਮਾਰ ਕੇ ਅਖਬਾਰ ਮੈਨੂੰ ਫੜਾ ਜਾ ਕਰ। ਬਾਪੂ, ਅਖਬਾਰ ਤਾਂ ਮੈਂ ਫੜਾ ਜਾ ਕਰੂੰਗਾ, ਪਰ ਮੈਨੂੰ ਸੱਚੀ ਹਜੇ ਤੱਕ ਸਮਝ ਨਹੀਂ ਆਈ ਵੀ ਇਹ ਅਖਬਾਰ ਫੜਾ ਕੇ ਜਾਣ ਦਾ ਮਤਲਬ ਕੀ ਆ। ਇਹਦਾ ਮਤਲਬ ਇਹ ਆ ਪੁੱਤ, ਜਦੋਂ ਮੈਂ ਅਖਬਾਰ ਚੱਕਣ ਆਉਣਾ ਨਾ ਤਾਂ ਗਲੀ 'ਚ ਕੋਈ ਨਹੀਂ ਹੁੰਦਾ, ਜੇ ਤੂੰ ਮੈਨੂੰ ਅਖਬਾਰ ਫੜਾ ਜਾ ਕਰੇਗਾ ਤੂੰ ਘੱਟ ਮੈਂ ਤੇਰੇ ਮੱਥੇ ਤਾਂ ਲੱਗਦਾ ਰਿਹਾ ਕਰੂੰਗਾ, ਇਹਨੇ ਨਾ ਤੈਨੂੰ ਇਹ ਤਾਂ ਪਤਾ ਲੱਗੂ ਵੀ ਬੂਟਾ ਸਿਉਂ ਜਿਉਂਦਾ ਵਾ। ਜਿਹੜੇ ਦਿਨ ਪੁੱਤ ਤੇਰੇ ਬੈਲ ਮਾਰਨ ਤੋਂ ਬਾਅਦ ਮੈਂ ਬਾਹਰ ਨਾ ਆਇਆ ਉਦੋਂ ਤੂੰ ਇਹ ਸਮਝ ਜੀ ਵੀ ਅੱਜ ਬੂਟਾ ਸਿਉਂ ਮਰ ਗਿਆ। ਫਿਰ ਨਾ ਤੂੰ ਭੱਜ ਕੇ ਥਾਣੇ ਰਿਪੋਰਟ ਲਿਖਾ ਆਈ, ਇਹ ਨਾ ਹੋਵੇ ਕਿ ਮੇਰੀ ਲਾਸ਼ ਅੰਦਰ ਹੀ ਪਈ ਗੱਲ ਜੀ। ਮੇਰੇ ਮੁੰਡੇ ਕੋਲ ਤਾਂ ਫੋਨ ਚੱਕਣ ਦਾ ਵਿਹਲ ਹੈ ਨਹੀਂ, ਉਹਦਾ ਕੀ ਪਤਾ ਮੇਰੇ ਮਰੇ ਤੇ ਆਊਗਾ ਕਿ ਨਹੀਂ। ਬਾਪੂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਇੰਨਾ ਵੱਡਾ ਦਰਦ ਆਪਦੇ ਅੰਦਰ ਲੁਕੋਈ ਬੈਠਾ। ਮੈਂ ਤੇਰਾ ਪੁੱਤ ਤਾਂ ਨਹੀਂ ਬਣ ਸਕਦਾ, ਪਰ ਇੱਕ ਵਾਅਦਾ ਜ਼ਰੂਰ ਕਰਦਾ ਕਿ ਤੈਨੂੰ ਕਦੇ ਤੇਰੇ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ। ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਨਾ ਬਾਪੂ, ਤੂੰ ਮੈਨੂੰ ਆਪਦਾ ਪੁੱਤ ਸਮਝ ਕੇ ਦੱਸ ਦਿਆ ਕਰ, ਮੈਂ ਲਿਆ ਦਿਆ ਕਰੂੰਗਾ। ਪਰ ਅਖਬਾਰ ਮੈਂ ਇੱਕ ਸ਼ਰਤ 'ਤੇ ਤੈਨੂੰ ਫੜਾ ਕੇ ਜਾਇਆ ਕਰੂੰ। ਕਿਹੜੀ ਸ਼ਰਤ ਪੁੱਤ? ਤੈਨੂੰ ਪੈਸੇ ਵੱਧ ਚਾਹੀਦੇ ਆ? ਮੈਂ ਦੇ ਦਿਆ ਕਰੂੰਗਾ ਬਹੁਤ ਤੈਨੂੰ। ਨਾ ਬਾਪੂ, ਮੈਨੂੰ ਪੈਸਿਆਂ ਦੀ ਲੋੜ ਨਹੀਂ, ਬਸ ਮੈਂ ਕੱਲ੍ਹ ਤੋਂ ਸਾਰੇ ਅਖਬਾਰ ਸੁੱਟ ਕੇ ਨਾ ਚਾਹ ਤੇਰੇ ਕੋਲੋਂ ਪੀ ਕੇ ਜਾਇਆ ਕਰੂੰ, ਨਾਲੇ ਇੰਨੇ ਬਹਾਨੇ ਨਾ ਘਰ ਗੱਲਾਂ ਕਰ ਲਿਆ ਕਰਾਂਗੇ। ਠੀਕ ਆ ਪੁੱਤ। ਚੱਲ ਠੀਕ ਆ ਬਾਪੂ, ਮੈਂ ਅਖਬਾਰ ਸੁੱਟ ਕੇ ਆਉਣਾ ਅਤੇ ਮੁੜਦਾ ਚਾਹ ਪੀ ਕੇ ਜਾਊਂ, ਵਧੀਆ ਜੀ ਬਣਾ ਲਈ। ਠੀਕ ਆ ਪੁੱਤ।